ਦਿਆ ਖਿਆਲ ਰੱਖਦੀ ਵੀ ਹੈ। ਦੇਖੋ ਜੀ ਸਹੀ ਗੱਲ ਆ, ਤੁਸੀਂ ਹੁਣ ਬੰਦੇ ਨਹੀਂ ਇੱਥੇ, ਤੁਹਾਨੂੰ ਲੱਗਦੀ ਧੁੱਪ। ਦੇਖੋ ਜੀ ਜਿਹੜੇ ਸੇਕੇ ਲੱਗਣੇ ਨਾ ਤੁਹਾਨੂੰ, ਉਹ ਸੇਕੇ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣੇ। ਤੁਸੀਂ ਛਾਂ ਲੱਭਦੇ ਹੋ, ਉਹ ਛਾਂ ਤੁਹਾਨੂੰ ਸਰਕਾਰ ਕਹਿੰਦੀ ਦੇਣੀ ਨਹੀਂ। ਉਹ ਸਾਡੇ ਕੋਲੋਂ, ਸਾਡੇ ਵੱਡੇ ਕੋਲੋਂ ਜਿਹੜੇ MLA ਜਾਂ ਮੰਤਰੀ ਪੜ੍ਹ ਕੇ ਬਣੇ ਨੇ, ਉਹ ਸਾਨੂੰ ਅੱਜ ਅੱਖਾਂ ਦਿਖਾਉਂਦੇ ਨੇ, ਸਾਡੀਆਂ ਤਨਖਾਹਾਂ ਖੋਹਣ ਫਿਰਦੇ ਨੇ। ਕਿਹਨਾਂ ਕੋਲੋਂ? ਉਹ ਟੀਚਰਾਂ ਕੋਲ ਪੜ੍ਹ ਕੇ। ਪੰਜਾਬ ਸਰਕਾਰ ਪੰਜਾਬ ਤੋਂ ਬਾਹਰ, ਕਾਂਗਰਸ ਸਰਕਾਰ ਪੰਜਾਬ ਤੋਂ ਬਾਹਰ। ਆਪਾਂ ਆਰਾਮ ਨਾਲ ਬੈਠੇ ਹਾਂ ਯਾਰ, ਮੈਂ ACT, ਮੈਂ PT, ਮੈਂ ਉਹ ਇਹ ਜੇ ਇਕੱਠੇ ਨਾ ਹੋਏ ਤਾਂ ਇਹ ਸੱਚੀ ਗੱਲ ਹੈ, ਤੁਹਾਡਾ ਸੇਕ ਇੰਨਾ ਤਗੜਾ ਹੋਣਾ। ਚਾਰ ਬੋਸਾਂ ਸਕੂਲ ਦੀਆਂ, ਉਹ ਕਿੱਥੇ? ਕਿਹੜੀਆਂ ਚਾਰ ਪੋਸਟਾਂ? ਉਹ ਸਾਡੇ MLA ਬਣੇ ਹੋਏ, ਸਾਡੇ ਵੱਡੇ ਵਡੇਰਾਂ ਕੋਲੋਂ, ਤੇ ਸਾਨੂੰ ਅੱਜ ਦਿਖਾਉਂਦੇ ਚਾਰ ਪੋਸਟਾਂ ਮਿਡਲ ਦੀਆਂ ਰਹਿਣੀਆਂ। ਉਹ ਅਸੀਂ ਪੰਜਾਬ ਤੋਂ ਬਾਹਰ ਕਾਂਗਰਸ ਨੂੰ ਪੂਰੀ ਬਾਹਰ ਕੱਢਾਂਗੇ। ਇੱਕ ਵੋਟ ਨੀ ਪਾਣੀ ਕਾਂਗਰਸ ਨੂੰ, ਕਿਉਂ ਨੀ ਪਾਣੀ? ਉਹ ਯਾਰ ਸਾਡੇ ਕੋਲ ਬਣੇ ਹੋਏ, ਸਾਨੂੰ ਅੱਖਾਂ ਦਿਖਾਉਂਦੇ। ਅੱਜ ਆਪਾਂ ਟੀਚਰ ਹਾਂ, ਬੱਚਿਆਂ ਦਾ ਭਵਿੱਖ ਬਣਾਉਣ ਵਾਲੇ, ਤੇ ਸਾਡੇ ਹੀ ਮੰਤਰੀ ਸਾਨੂੰ ਆ ਗਏ ਕਹਿੰਦੇ ਲੈ ਅਸੀਂ ਮੰਤਰੀ ਬਣ ਗਏ। ਮੰਤਰੀ ਦਾ ਕੀ ਮਤਲਬ ਹੋਇਆ? ਅਸੀਂ ਬਣਾਉਂਦੇ ਹਾਂ, ਸਮਾਜ ਬਣਾਉਂਦਾ ਉਹਨਾਂ ਨੂੰ। ਮੰਤਰੀ ਕੌਣ ਬਣਾਉਂਦਾ? ਸਮਾਜ, ਟੀਚਰ ਸਭ ਤੋਂ ਪਹਿਲੇ। ਉਹ ਅਸੀਂ ਬੱਚਿਆਂ ਨੂੰ ਕਹਿਣਾ ਕਾਂਗਰਸ ਸਰਕਾਰ ਨੂੰ ਵੋਟ ਨਹੀਂ ਪਾਉਣੀ, ਨਹੀਂ ਆਉਣੀ ਚਾਹੀਦੀ ਕਾਂਗਰਸ ਸਰਕਾਰ। ਕਿਉਂ ਆਏ ਯਾਰ? ਸਾਡੇ ਕੋਲ ਪੜ ਕੇ ਸਾਨੂੰ ਦਿਖਾਉਂਦੇ ਨੇ ਅੱਖਾਂ ਵੀ ਤੁਹਾਡੀਆਂ ਅਸੀਂ ਤਨਖਾਹਾਂ ਘੱਟ ਕਰ ਦੇਣੀਆਂ, ਜਿਹੜੇ 300 ਸਾਲ ਬਾਅਦ ਪੱਕੇ ਹੋਣੇ ਸੀ। ਕਹਿੰਦੇ ਤੁਹਾਨੂੰ ਹੁਣ 100-300 ਦਵਾਂਗੇ ਅਗਲੇ 3 ਸਾਲ। ਕਿਹੜੀ ਗਲਤ ਗੱਲ? ਬਾਹਰ ਲਾ ਦੇਣਾ ਬੰਦਾ ਉਹਨਾਂ ਦਾ, ਜੇ ਅਸੀਂ ਲੈਂਦੇ ਪਏ ਹਾਂ 60-70 ਹਜ਼ਾਰ ਰੁਪਇਆ, ਤੇ ਆਪਣੀ ਮਿਹਨਤ ਦਾ ਕਮਾ ਕੇ ਖਾਂਦੇ ਪਏ ਹਾਂ। ਕਿਸੇ ਦਾ 2 ਨੰਬਰ ਦਾ ਨੀ ਖਾਂਦੇ ਪਏ। ਮੰਤਰੀ ਇੰਨੀ ਵੱਡੀ ਤਨਖਾਹ ਲੈਂਦੇ, ਕਿਉਂ ਲੈਂਦੇ ਪਏ ਨੇ? ਉਹਨਾਂ ਦਾ ਘਟਾਓ ਰਹਿਣਾ, ਬਜਟ ਹੈ ਨੀ, ਕਿਉਂ ਨੀ ਬਜਟ ਹੈਗਾ? ਸਾਡੇ ਬਸ ਟੀਚਰਾਂ ਵਾਸਤੇ ਬਜਟ ਹੈ ਨਹੀਂ। ਬਸ ਮੈਂ ਇੰਨੇ ਬੋਲਣਾ ਚਾਹੁੰਦਾ ਵਾ ਕਿ ਕਾਂਗਰਸ ਸਰਕਾਰ ਪੰਜਾਬ ਤੋਂ ਬਾਹਰ, ਕਾਂਗਰਸ ਸਰਕਾਰ, ਕਾਂਗਰਸ ਸਰਕਾਰ, ਕਾਂਗਰਸ ਸਰਕਾਰ, ਇਹ ਸਰਕਾਰ ਇਹ ਕਹੇ ਕਿ ਯਾਰ ਸਾਡੇ ਅਸੀਂ ਕਹਿੰਦਾ ਪੰਗਾ ਲੈ ਲਿਆ, ਉਹ ਅਸੀਂ ਟੀਚਰ ਨੇ ਪੰਗਾ ਲੈ ਲਿਆ, ਕਰ ਕੀ ਲਿਆ? ਕਰ ਇਹ ਲਿਆ ਕਿ ਕਾਂਗਰਸ ਸਰਕਾਰ ਨੂੰ ਆਉਣ ਨਹੀਂ ਦੇਣਾ ਅਗਲੇ ਸਾਲ, ਬਿਲਕੁਲ ਨਹੀਂ ਆਉਣ ਦੇਣਾ। ਜੇ ਸਾਨੂੰ ਪਰੇਸ਼ਾਨ ਕਰਨਗੇ, ਅਸੀਂ ਇਹਨਾਂ ਦੀਆਂ ਸ਼ਕਲਾਂ ਹੀ ਨਹੀਂ ਦੇਖਣੀਆਂ ਅਗਲੇ ਸਾਲ ਦੇ ਵਿੱਚ। ਇਹ ਮੁੱਦਾ ਹੋਵੇ ਬਸ, ਇਹਨਾਂ ਨੂੰ ਤੁਸੀਂ ਆਪਣੇ ਵੋਟਾਂ ਤੇ ਨੇ, ਇਹ ਕਹੋ ਕਾਂਗਰਸ ਸਰਕਾਰ ਪੰਜਾਬ ਤੋਂ ਬਾਹਰ ਕਦੇ ਵੀ ਨਾ ਦਿਖੇ। ਦੇਖੋ ਕਿੱਦਾਂ ਤੁਹਾਡੀਆਂ ਮੰਗਾਂ ਨੇ ਮੰਗਦੇ ਸਾਰੇ ਜਾਣੇ। ਇਹ ਸਾਡੇ ਕੋਲ ਡਰਦੇ ਨੇ ਕਿ ਯਾਰ ਸਾਨੂੰ ਪੜ੍ਹਾ ਕੇ ਤੇ ਅਸੀਂ ਉਹਨੂੰ ਡਰਾ ਲਈਏ। ਅਸੀਂ ਨਹੀਂ ਡਰਨਾ, ਅਸੀਂ ਨਹੀਂ ਡਰਨਾ, ਅਸੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ, ਕਾਂਗਰਸ ਸਰਕਾਰ ਨੂੰ ਵੋਟ ਨਹੀਂ ਪਾਉਣੀ। ਬੱਚਿਆਂ ਨੂੰ ਕਹਿਣਾ ਵੀ ਇਹ ਸਰਕਾਰ ਟੀਚਰਾਂ ਦੇ ਖਿਲਾਫ ਹੈ, ਜਿਹੜਾ ਸਮਾਜ ਨੂੰ ਬਣਾਉਣ ਵਾਲੇ, ਸਿਰਜਣ ਵਾਲੇ, ਇਸ ਪੂਰੀ ਦੁਨੀਆਂ ਨੂੰ ਚਲਾਉਣ ਵਾਲਾ ਟੀਚਰ, ਤੇ ਉਹਨੂੰ ਤੁਸੀਂ ਪਰੇਸ਼ਾਨ ਕਰਦੇ ਹੋ? ਕਿੱਦਾਂ ਕਰਦੇ ਉਹਨੇ? ਤਨਖਾਹਾਂ ਤੋਂ ਡਰਾਉਂਦੇ ਨੇ, ਛੁੱਟੀ ਨੀ ਲੈਣੀ, ਉਹ ਨੀ ਕਰਨਾ, ਉਹ ਕਿੰਨਾ ਦੇਖੋ ਧੱਕਾ ਧੱਕਾ ਹੈ ਕਿ ਨਹੀਂ? ਇਸ ਕਰਕੇ ਕਾਂਗਰਸ ਸਰਕਾਰ, ਕਾਂਗਰਸ ਸਰਕਾਰ, ਕਾਂਗਰਸ ਸਰਕਾਰ ਪੰਜਾਬ ਤੋਂ ਬਾਹਰ। ਧੰਨਵਾਦ ਜੀ। ਹਰ ਰੋਜ਼ ਤੁਸੀਂ ਪੜ੍ਹਾਇਆ ਕੁਛ ਨੀ, ਤੁਹਾਡੇ ਰਿਜ਼ਲਟ ਆ, ਤੁਹਾਡੀਆਂ ਇੰਕਰੀਮੈਂਟਾਂ ਕੱਟਾਂਗੇ, ਤੁਹਾਡਾ ਇਹ ਕਰਾਂਗੇ। ਮਤਲਬ ਇਹ ਗਿਰੀ ਮਥੀ ਇੱਕ ਬਹੁਤ ਲੰਬੀ ਸਾਜ਼ਿਸ਼ ਸੀ ਸਰਕਾਰ ਦੀ, ਜਿਹਨੂੰ ਉਹਨਾਂ ਨੇ ਹੁਣ ਅਮਲੀ ਰੂਪ ਜਿਹੜਾ ਦੇਣਾ ਸ਼ੁਰੂ ਹੌਲੀ ਹੌਲੀ ਕਰ ਲਿਆ। ਮਤਲਬ ਸਾਨੂੰ ਉਦੋਂ ਹੀ ਇਹਦੇ ਤੇ, ਸਾਡੇ ਜਿਹੜੇ ਬੁੱਧੀਜੀਵੀ ਆ, ਟੀਚਰਾਂ ਵਿੱਚ ਲੋਕ ਨੇ, ਉਦੋਂ ਹੀ ਇਸ ਐਕਟ ਦਾ ਜਿਹੜਾ ਡਟ ਕੇ ਵਿਰੋਧ ਕਰਨਾ, ਜੇ ਆਪਾਂ ਕਰਨਾ ਸ਼ੁਰੂ ਕਰਦੇ ਤੇ ਹੋ ਸਕਦਾ ਆਹ ਦਿਨ ਸਾਨੂੰ ਅੱਜ ਦੇਖਣਾ ਇਹ ਨਾ ਪੈਂਦਾ। ਸਿੱਖਿਆ ਮੰਤਰੀ, ਸਿੱਖਿਆ ਮੰਤਰੀ ਕ੍ਰਿਸ਼ਨ ਕੁਮਾਰ, ਕ੍ਰਿਸ਼ਨ ਕੁਮਾਰ ਸਿੱਖਿਆ ਮੰਤਰੀ, ਅਧਿਆਪਕ ਏਕਾ, ਅਧਿਆਪਕ ਏਕਾ, ਅਧਿਆਪਕ ਏਕਾ, ਸਿੱਖਿਆ ਮੰਤਰੀ, ਪੰਜਾਬ ਸਰਕਾਰ, ਪੰਜਾਬ ਸਰਕਾਰ ਨਹੀਂ ਗਈ। ਅਸੀਂ ਕਿਸੇ ਵੀ ਜਥੇਬੰਦੀ ਤੋਂ ਵੱਖਰੇ ਨਹੀਂ ਹਾਂ, ਇਕੱਲੇ ਨਹੀਂ ਹਾਂ। ਅਸੀਂ ਮਾਸਟਰ ਕੈਡਰ ਹਾਂ, ਔਰ ਮਾਸਟਰ ਕੈਡਰ ਦੇ ਵਿੱਚ ਜਿੰਨੀ ਦੇਰ ਜਿੰਦੇ ਰਹਾਂਗੇ, ਉੰਨੀ ਦੇਰ ਆਪਣਾ ਸਹਿਯੋਗ ਕਰਦੇ ਰਹਾਂਗੇ। ਔਰ ਸਭ ਤੋਂ ਮੂਹਰੀ ਲੱਗਦੇ ਰਹੇ ਹਾਂ, ਔਰ ਸਭ ਤੋਂ ਮੂਹਰੀ ਹੀ ਰਹਾਂਗੇ। ਪਰ ਉਮੀਦ ਕਰਦੇ ਹਾਂ, ਜੋ ਹੁਣ ਸਮੇਂ ਦੀ ਮੋੜ ਬਣ ਗਈ ਹੈ, ਸਾਰੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਮੋਇਆ, ਕ੍ਰਿਸ਼ਨ ਕੁਮਾਰ ਮੁਰਦਾਬਾਦ, ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ।
ਅਸੀਂ ਇੱਥੇ ਜਲੰਧਰ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਸਮੂਹ ਅਧਿਆਪਕਾਂ ਦੇ ਨਾਲ ਪੰਜਾਬ ਸਰਕਾਰ ਦੀ ਉਹ ਜਿਹੜੀ ਅਧਿਆਪਕ ਮਾਰੂ ਨੀਤੀ ਸਰਕਾਰੀ ਸਿੱਖਿਆ ਮਾਰੂ ਨੀਤੀ ਦੇ ਖਿਲਾਫ ਜਿਸ ਤਹਿਤ 7 ਸਾਲ ਦੇ ਅਧਿਆਪਕਾਂ ਨੂੰ ਜਬਰੀ ਬਦਲਣਾ ਰੈਸ਼ਨਲਾਈਜੇਸ਼ਨ ਦੀ ਆੜ ਦੇ ਹੇਠ ਹਜ਼ਾਰਾਂ ਜਿਹੜੀਆਂ ਪੋਸਟਾਂ ਨੂੰ ਖਤਮ ਕਰ ਦੇਣਾ 10-10, 15-15 ਸਾਲ ਦੇ ਅਧਿਆਪਕ ਜਿਹੜੇ ਠੇਕੇ ਆਧਾਰ 'ਤੇ ਪਹਿਲਾਂ ਕੰਮ ਕਰਦੇ ਨੇ ਸਰਕਾਰ ਦੀ ਆਸ ਦੇ ਉੱਤੇ ਸਨ ਕਿ ਉਹਨਾਂ ਨੂੰ ਪੱਕੇ ਕਰ ਦੇਣਾ ਪਰ ਸਰਕਾਰ ਨੇ ਉਹਨਾਂ ਨੂੰ ਜਬਰੀ 10,300 'ਤੇ ਫਿਕਸ ਕਰਨ ਦੀ ਪੋਲਿਸੀ ਬਣਾ ਲਈ ਅਤੇ ਸਾਡਾ ਜਿਹੜਾ ਸਿਵਲ ਸਰਵਿਸ ਦਾ ਰੂਲ ਹੈ ਕਿ ਸਾਡੀਆਂ ਛੁੱਟੀਆਂ ਦਾ ਹੱਕ ਉਹਨੂੰ ਵੀ ਸਰਕਾਰ ਨੇ ਖੋਹ ਲੈਣਾ ਉਹਦੇ ਸਾਰਿਆਂ ਦੀ ਇੱਦਾਂ ਦੀਆਂ ਤਾਨਾਸ਼ਾਹੀ ਨੀਤੀਆਂ ਦੇ ਖਿਲਾਫ਼ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਆ ਅਤੇ ਸਰਕਾਰ ਨੂੰ ਇਹ ਸੰਕੇਤਕ ਰੈਲੀ ਦੇ ਰਾਹੀਂ ਸੁਚੇਤ ਕੀਤਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਸਾਡੀ ਹੱਕੀ ਮੰਗਾਂ ਹੈ ਉਹਨੂੰ ਬਹਾਲ ਕੀਤਾ ਜਾਵੇ ਇਹ ਜਿਹੜੀਆਂ ਅਧਿਆਪਕ ਮਾਰੂ ਨੀਤੀਆਂ ਅਤੇ ਸਰਕਾਰੀ ਸਿੱਖਿਆ ਮਾਰੂ ਨੀਤੀਆਂ ਆ ਇਹਨਾਂ ਨੂੰ ਜਿਹੜੀਆਂ ਮਾੜੀਆਂ ਨੀਤੀਆਂ ਇਹਨਾਂ ਨੂੰ ਬੰਦ ਕਰਕੇ ਅਧਿਆਪਕਾਂ ਨੂੰ ਅਧਿਆਪਕਾਂ ਦੇ ਹੱਕ ਦਿੱਤੇ ਜਾਣ ਅਗਰ ਇਹ ਸਰਕਾਰ ਨਹੀਂ ਦੇਵੇਗੀ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਅਸੀਂ ਇਹ ਸੰਘਰਸ਼ ਛੇੜਾਂਗੇ ਜਿਹਦਾ ਸਰਕਾਰ ਨੂੰ ਖਮਿਆਜਾ ਭੁਗਤਣਾ ਪਊਗਾ ਪਿਛਲੀਆਂ ਸਰਕਾਰਾਂ ਨੂੰ ਭੁਗਤਣਾ ਪਿਆ ਜਿਨ੍ਹਾਂ ਨੇ ਸਰਕਾਰਾਂ ਨੇ ਅਧਿਆਪਕਾਂ ਦਾ ਕਿਹਾ ਅਤੇ ਹੁਣ ਵੀ ਸਰਕਾਰ ਨੂੰ ਜਿਹੜਾ ਆ ਬਹੁਤ ਵੱਡਾ ਖਮਿਆਜਾ ਭੁਗਤਣਾ ਪਊਗਾ ਅਗਰ ਉਹਨੇ ਅਧਿਆਪਕਾਂ ਦੇ ਹੱਕ ਦੇ ਜਿਹੜੇ ਹੱਕਾਂ ਦੇ ਵਿੱਚ ਫੈਸਲਾ ਨਾ ਕੀਤਾ ਬੱਬਰ ਜਨਰਲ ਸਕੱਤਰ ਪੰਜਾਬ ਗੌਰਮੈਂਟ ਸਕੂਲ ਲੈਕਚਰਰ ਯੂਨੀਅਨ ਪੰਜਾਬ ਅੱਜ ਅਸੀਂ ਮਾਸਟਰ ਕੈਡਰ ਯੂਨੀਅਨ ਦੇ ਨਾਲ ਅਤੇ ਹੋਰ ਬਾਕੀ ਸਾਥੀ ਜਥੇਬੰਦੀਆਂ ਦੇ ਨਾਲ ਮਿਲ ਕੇ ਇੱਥੇ ਧਰਨਾ ਦਿੱਤਾ ਹੈਗਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਉਹਦੇ ਵਿੱਚ ਜਿਹੜੀਆਂ ਮਾਰੂ ਨੀਤੀਆਂ ਹੈਗੀਆਂ ਨਾਦਰਸ਼ਾਹੀ ਫਰਮਾਨ ਜਿਹੜੇ ਜਾਰੀ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਕਿ ਮੇਨ ਜਿਹੜਾ ਹੈਗਾ ਇੱਕ ਤਾਂ ਜਿਹੜੇ ਅਧਿਆਪਕ ਦੀ 7 ਸਾਲ ਦੀ ਸੇਵਾ ਹੋ ਜਾਂਦੀ ਆ ਉਹਨੂੰ ਬਦਲਣਾ ਵੀ ਜਿਹਦੇ ਵੀ 7 ਸਾਲ ਦੀ ਸੇਵਾ ਹੋ ਜਾਂਦੀ ਆ ਹਰ ਅਧਿਆਪਕ ਨੂੰ ਬਦਲਿਆ ਜਾਊਗਾ ਹਰ ਸਕੂਲ ਦੇ ਵਿੱਚ ਇਹ ਨੀਤੀ ਆ ਔਰ ਇਤਫਾਕੀਆ ਛੁੱਟੀਆਂ ਜੋ ਕਿ ਅਧਿਆਪਕ ਦਾ ਹੱਕ ਹੈਗਾ ਕਿ ਕਿਸੇ ਵਾਰੀ ਉਹਨੂੰ ਜਾ ਰਹੇ ਰਸਤੇ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਕੰਮ ਪੈ ਜਾਂਦਾ ਉਹ ਛੁੱਟੀਆਂ ਜਿਹੜੀਆਂ ਹੈਗੀਆਂ ਉਹ DO ਲੈਵਲ 'ਤੇ ਕਰ ਦਿੱਤੀਆਂ ਗਈਆਂ ਜਦ ਉਹਨੂੰ ਕਿ ਕੰਪਲੀਕੇਟਡ ਪ੍ਰੋਸੈਸ ਆ ਉਹਨੂੰ ਨੇਪਲੇ ਚਾੜਨਾ ਔਖਾ ਹੈਗਾ ਔਰ ਇੱਕ ਅਵੈਲਿਊਏਸ਼ਨ ਦਾ ਕੰਮ ਜਿਹੜਾ ਪਲੱਸ ਟੂ ਦਾ ਚੱਲ ਰਿਹਾ ਹੈਗਾ ਉਹਦੇ ਵਿੱਚ ਵੀ ਬਹੁਤ ਗੁੰਝਲਦਾਰ ਕਰ ਦਿੱਤਾ ਕੰਮ ਕਿਉਂਕਿ ਇਕੱਲੇ ਕੁਸ਼ਚਨ ਦੇ ਨੰਬਰ ਜਿਹੜੇ ਹੈਗੇ ਆ ਉਹ ਐਪ 'ਤੇ ਚਾੜਨੇ ਆ ਔਰ ਕਈ ਵਾਰੀ ਨੈੱਟ ਨਹੀਂ ਚੱਲਦਾ ਔਰ ਸਮਾਂ ਜਿਹੜਾ ਹੈਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਕਰ ਦਿੱਤਾ ਗਿਆ ਔਰ ਇੱਕ ਜਿਹੜੀ ਅੱਜ ਕੱਲ੍ਹ ਮੇਨ ਜਿਹੜਾ ਮੁੱਦਾ ਚੱਲ ਰਿਹਾ ਹੈਗਾ ਕਿ ਜਿਹੜੇ ਕੰਪਿਊਟਰ ਅਧਿਆਪਕ ਆ SSA ਜਾਂ ਰਮਸਾ ਵਾਲੇ ਹੈਗੇ ਆ ਉਹਨਾਂ ਨੂੰ ਸਰਕਾਰ ਨੇ ਤਜਵੀਜ਼ ਦਿੱਤੀ ਆ ਕਿ ਉਹ 10-300 'ਤੇ ਆ ਜਾਣ ਅਤੇ 2 ਜਾਂ 3 ਸਾਲ ਉਹ ਕਰਨਗੇ ਪ੍ਰਮਿਸ਼ਨ 'ਤੇ ਰਹਿਣਗੇ ਅਤੇ ਉਹਨਾਂ ਨੂੰ ਬਾਅਦ 'ਚ ਪੱਕਾ ਕਰਤਾ ਜਾਊਗਾ ਉਹ ਅਧਿਆਪਕ ਆਲਰੇਡੀ 40-50 ਹਜ਼ਾਰ ਜਿਹੜੀ ਆ ਸੈਲਰੀ ਲੈ ਰਹੇ ਆ ਉਹ ਬਹੁਤ ਧੱਕਾ ਹੈਗਾ ਉਹਨਾਂ ਦੇ ਨਾਲ ਕਿਉਂਕਿ ਉਹਨਾਂ ਦੀਆਂ ਫੈਮਿਲੀ ਹੈਗੀਆਂ 10-300 ਦੇ ਵਿੱਚ ਗੁਜ਼ਾਰਾ ਨਹੀਂ ਹੋ ਸਕਦਾ ਤਾਂ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਉਹ ਇਹਨਾਂ ਮੰਗਾਂ 'ਤੇ ਗੌਰ ਕਰੇ ਨਹੀਂ ਤਾਂ ਸਾਰੀਆਂ ਯੂਨੀਅਨਾਂ ਨੂੰ ਸੰਘਰਸ਼ ਦਾ ਜਿਹੜਾ ਰਾਹ ਹੈਗਾ ਉਹ ਹੋਰ ਵੀ ਤਿੱਖਾ ਕਰਨਾ ਪਊਗਾ ਜੈ ਯੂਨੀਅਨ ਜੈ ਸੰਘਰਸ਼ ਜੈ ਪੰਜਾਬੀ ਪੰਜਾਬ ਸਰਕਾਰ ਨੂੰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿੰਨੇ ਕੁ ਵਾਅਦੇ ਪੂਰੇ ਕੀਤੇ ਬਿਲਕੁਲ ਵਾਅਦੇ ਨਹੀਂ ਪੂਰੇ ਕੀਤੇ ਮੁਲਾਜ਼ਮਾਂ ਲਈ ਤਾਂ ਬਹੁਤ ਹੀ ਸਖਤ ਹੋ ਗਿਆ ਟੀਚਰ ਵਰਗ ਲਈ ਤਾਂ ਕੁਛ ਵੀ ਨਹੀਂ ਕਰ ਰਹੇ ਨਾ 10-300 ਦਾ 50,000 ਤੋਂ 10-300 ਤੇ ਲਿਆ ਰਹੇ ਕਿਵੇਂ ਉਹ ਘਰ ਚਲਾਣਗੇ ਆਪਣਾ ਦੂਸਰਾ ਅਚਨਚੇ ਛੁੱਟੀਆਂ ਜਿਹੜਾ ਸਭ ਤੋਂ ਵੱਡਾ ਗੱਲ ਇੱਕ ਸਕੂਲ ਦੀ ਗੱਲ ਸੁਣਾ ਰਹੀ ਹਾਂ ਮੈਂ ਸੁਣਾ ਸਕਦੀ ਹਾਂ ਉਹ ਟੀਚਰ ਵੋਮਿਟ ਕਰੀ ਜਾ ਰਹੀ ਆ ਉਹ ਬਾਰ ਬਾਰ ਵਾਸ਼ਰੂਮ ਜਾ ਰਹੀ ਹੈਡ ਨੇ ਉਹਨੂੰ ਛੁੱਟੀ ਨਹੀਂ ਦਿੱਤੀ ਕਿਉਂਕਿ ਉੱਪਰੋਂ ਪਰਫਾਨ ਸੀ ਇਹ ਸੱਚ ਕਹਾਣੀ ਆ ਦੂਸਰਾ ਉਹਨੂੰ ਇੱਕ ਲੇਡੀ ਨੂੰ ਲੂਜ਼ ਮੋਸ਼ਨ ਲੱਗਿਆ ਉਹਦੀ ਮੰਜੀ ਵਾਸ਼ਰੂਮ ਕੋ ਡਾਲੀਗਾ ਇੱਕ ਮੁੰਡੇ ਦਾ ਵਿਆਹ ਸੀ ਅੱਜ ਵਿਆਹ ਉਹਨੂੰ DO ਕੋ ਜਾਣਾ ਪਿਆ ਛੁੱਟੀ ਲੈ ਲਈ ਜੈਨੂਅਨਲੀ ਅਚਨਚੇ ਛੁੱਟੀਆਂ ਲਈ
उस तो बाद कंप्यूटर भरा एस एस ए वाले रमसा वाले इन्हों का किन्ना बुरा हाल कर रहे हैं। हर कोई अपना घर चलाना चाहता, किसी ने लोन लिया, साढ़े एक मैडम उन्होंने लोन लिया, दोनों जने घर बेचने वाले हैं। सरकार अपने जो वादे है पूरे कर रही है? बिल्कुल नहीं कर रही, बिल्कुल नहीं कर रही, उल्टा कर रही है, सब नाराज कर रही है। एग्जामिनेशन च देख लो, चेकिंग च देख लो, किसी भी काम च उन्हें कोई पॉजिटिव नहीं। सुप्रीम कोर्ट की जरूरी है।